26 जनवरी नूं लाल किला ते होई हिंसा मामले दे विच दिल्ली पुलिस दे वल्लों जांच तेज कर दित्ती गई है। लगातार गिरफ्तारियां दा दौर भी जारी है ते हुण पंजाब दे कई नौजवान दिल्ली पुलिस दे वल्लों गिरफ्तार कीते गए ने। इसे दे तहत तरन तारण दे पिंड तलवंडी सोभा सिंह दे इक होर नौजवान नूं गिरफ्तार कीता गया। नौजवान बूटा सिंह जिहड़ा कि दिल्ली गया सी मोर्चे दे नाल किसान संघर्ष कमेटी दे नाल, उह दिल्ली गया सी पर हुण दिल्ली पुलिस ने उसनूं गिरफ्तार कर लिया। 26 जनवरी दी हिंसा मामले दे विच उसनूं गिरफ्तार कीता गया पर पिछे परिवार दे वल्लों कहा जा रहा है कि उन्हां दा लड़का बिल्कुल ही निर्दोष है, बल्कि उह किसान जथेबंदी दे नाल दिल्ली गया पर हुण किसे भी किसान जथेबंदी दे वल्लों उन्हां दी कोई भी सार नहीं लई जा रही। इस परिवार दे वल्लों गुहार लगाई जा रही है कि उस नौजवान नूं छड्डिया जावे ते घर वापस भेजा जावे। ਬੂਟਾ ਸਿੰਘ ਨੂੰ ਕੱਲ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ, ਕੀ ਲੱਗਦਾ ਤੁਹਾਡਾ ਤੇ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ? ਘਰੋਂ ਕੀਤਾ ਗਿਆ। ਕੀ ਮੰਗ ਕਰਦੇ ਹੋ ਕੇਂਦਰ ਸਰਕਾਰ ਤੋਂ, ਦਿੱਲੀ ਪੁਲਿਸ ਤੋਂ ਕੀ ਮੰਗ ਕਰਦੇ? ਦਿੱਲੀ ਪੁਲਿਸ ਤੋਂ ਅਸੀਂ ਕਰਦੇ ਹਾਂ ਜੋ ਸਾਡੇ ਬੱਚਿਆਂ ਨੂੰ ਛੇਤੀ ਛੇਤੀ ਜ਼ਬਾਨ ਕਰਾਏ ਘਰੇ ਘੱਲੇ ਜਾਂਦੇ। ਕਦੋਂ ਗਿਆ ਸੀ ਤੁਹਾਡਾ ਬੇਟਾ ਦਿੱਲੀ? 26 ਜਨਵਰੀ ਨੂੰ। ਕਿਸ ਜਥੇਬੰਦੀ ਨਾਲ ਗਏ? ਸੰਘਰਸ਼ ਕਮੇਟੀ ਨਾਲ ਗਏ। 26 ਜਨਵਰੀ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਜਥੇਬੰਦੀ ਵੱਲੋਂ ਤੁਹਾਡੇ ਨਾਲ ਕੋਈ ਸੰਪਰਕ ਕੀਤਾ ਗਿਆ ਹੋਵੇ? ਨਹੀਂ ਜੀ, ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ। ਨਹੀਂ ਜੀ। ਤੁਹਾਨੂੰ ਪਤਾ ਲੱਗ ਗਿਆ ਸੀ ਵੀ ਇਹ ਘਟਨਾ ਵਾਪਰ ਗਈ ਉੱਥੇ? ਆ ਫੋਟੋ ਵੀ ਮਗਰੋਂ ਆਇਆ ਜੀ, ਟੈਲੀਫੋਨ 'ਚ ਆਇਆ ਸਾਨੂੰ, ਫਿਰ ਪਤਾ ਲੱਗਿਆ ਜੀ। ਕੀ ਕੰਮ ਕਰਦੇ ਜੀ? ਖੇਤੀਬਾੜੀ ਦਾ ਕਰਦੇ ਜੀ। ਬੂਟਾ ਸਿੰਘ ਕੀ ਕੰਮ ਕਰਦਾ ਸੀ? ਇਹ ਵੀ ਖੇਤੀਬਾੜੀ ਦਾ ਕਰਦਾ ਜੀ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਮੰਗ ਅਸੀਂ ਕਰਦੇ ਹਾਂ ਜੀ ਛੇਤੀ ਦੀ ਛੇਤੀ ਸਾਡਾ ਬੱਚਾ ਘਰੇ ਆਉਣਾ ਚਾਹੀਦਾ ਜੀ। ਕਿੱਥੋਂ ਗ੍ਰਿਫਤਾਰ ਕੀਤਾ ਗਿਆ ਤੁਹਾਡੇ ਬੇਟੇ ਨੂੰ? ਘਰੋਂ ਕੀਤਾ ਗਿਆ ਜੀ। ਕਿਹੜੀ ਪੁਲਿਸ ਆਈ ਆ? ਦਿੱਲੀ ਵਾਲੀ ਜੀ। ਤੁਸੀਂ ਕੋਈ ਮੈਸੇਜ, ਕੋਈ ਸੁਨੇਹਾ ਦੇਣਾ ਚਾਹੋਗੇ ਜਥੇਬੰਦੀਆਂ ਨੂੰ, ਜਿਹੜੀ ਜਥੇਬੰਦੀਆਂ ਨੌਜਵਾਨਾਂ ਨੂੰ ਅੱਗੇ ਲਾ ਕੇ ਲੈ ਕੇ ਤੇ ਜਾਂਦੀਆਂ, ਮੁੜ ਕੇ ਉਹਨਾਂ ਨੇ ਸਾਰ ਨਹੀਂ ਲੈਂਦੀਆਂ? ਹਾਂਜੀ, ਜਥੇਬੰਦੀਆਂ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ ਜੀ। ਸਾਡੇ ਬੱਚੇ ਨੂੰ ਛੇਤੀ ਜ਼ਬਾਨ ਤੇ ਕਰਨ, ਕੋਈ ਸਹਾਇਤਾ ਕਰੇ, ਸਾਡੀ ਘਰੇ ਆਵੇ, ਸਾਡੀ ਇਹ ਮੰਗ ਹੈ। ਕਿੰਨੇ ਬੱਚੇ ਤੁਹਾਡੇ? ਦੋ ਗੁੱਡੀਆਂ ਦੇ ਕਾਕਾ। 26 ਜਨਵਰੀ ਤੋਂ ਲੈ ਕੇ ਅੱਜ ਤੱਕ ਕਿਸੇ ਜਥੇਬੰਦੀ ਨੇ ਤੁਹਾਡੇ ਨਾਲ ਕੋਈ ਸੰਪਰਕ ਕੀਤਾ ਹੋਵੇ ਵੀ ਤੁਹਾਡੇ ਬੱਚੇ ਦਾ ਨਾਂ ਅਸੀਂ ਤੁਹਾਡੇ ਨਾਲ ਅਸੀਂ ਮਦਦ ਕਰਦੇ ਹਾਂ, ਕਿਸੇ ਜਥੇਬੰਦੀ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜਥੇਬੰਦੀ ਨੂੰ, ਜਿਹੜੀ ਨੌਜਵਾਨ ਨਾਲ ਲੈ ਕੇ ਜਾਂਦੀਆਂ? ਨਾਲ ਲੈ ਕੇ ਗਏ, ਹੁਣ ਆਖਣ ਵੀ ਨਾਲ ਲੈ ਕੇ ਗਏ, ਸੱਦਿਆ ਵਾ ਜਾਂ ਗਰਾਈਆਂ ਲੈ ਕੇ ਜਾਂਦੇ ਸੀ ਜਾਂ ਕੁ ਕਰਦੇ ਸੀ, ਜੁਰਮਾਨੇ ਪਾਉਂਦੇ ਸੀ, ਹੁਣ ਉਹ ਸਾਡੀ ਸਹਾਇਤਾ ਕਰਨ। ਭੈਣ ਜੀ ਕੀ ਨਾਂ ਤੁਹਾਡਾ? ਕਮਲਜੀਤ ਕੌਰ। ਭੈਣ ਜੀ ਬੂਟਾ ਸਿੰਘ ਕੀ ਲੱਗਦਾ ਤੁਹਾਡਾ? ਮੇਰੇ ਹੱਥ ਮੈਂ ਨਹੀਂ। ਭੈਣ ਜੀ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ? ਉਹਨਾਂ ਨੂੰ ਕੱਲ 4 ਵਜੇ ਘਰੋਂ ਹੀ ਲੈ ਕੇ ਗਏ। ਤੇ ਜਦੋਂ 26 ਜਨਵਰੀ ਦੀ ਘਟਨਾ ਵਾਪਰੀ ਉਸ ਪਤਾ ਲੱਗ ਗਿਆ ਵੀ ਤੁਹਾਡੇ ਹਸਬੰਡ ਦਾ ਨਾਂ ਆ ਗਿਆ ਵਿੱਚ? ਹਾਂਜੀ, ਟੀਵੀ ਤੇ ਚੈਨਲ ਤੇ ਨਿਊਜ਼ ਆ ਗਈ। ਕਿੱਥੋਂ ਗ੍ਰਿਫਤਾਰ ਕੀਤਾ ਕੱਲ ਉਹਨਾਂ ਨੂੰ? ਉਹਨਾਂ ਨੂੰ ਘਰੋਂ ਲੈ ਕੇ ਗਏ। ਜਿਸ ਜਥੇਬੰਦੀ ਨਾਲ ਲੈ ਕੇ ਗਈ, ਜਿਹੜੀ ਜਥੇਬੰਦੀ ਨੂੰ ਲੈ ਕੇ ਗਈ, ਉਹਨਾਂ ਦੇ ਕਿਸੇ ਵੀ ਮੈਂਬਰ ਨੇ, ਪ੍ਰਧਾਨ ਨੇ ਤੁਹਾਡੇ ਨਾਲ ਕਦੀ ਕੰਟੈਕਟ ਕੀਤਾ ਹੋਵੇ ਵੀ ਅਸੀਂ ਨਾਲ ਆ? ਨਾ, ਕਿਸੇ ਦਾ ਕੋਈ ਕੰਟੈਕਟ ਨਹੀਂ ਹੈ। ਕੀ ਮੰਗ ਕਰਦੇ? ਅਸੀਂ ਤਾਂ ਇਹੋ ਮੰਗ ਕਰਦੇ ਵੀ ਸਾਨੂੰ ਹੈਲਪ ਕੀਤੀ ਜਾਵੇ, ਸਾਨੂੰ ਇਨਸਾਫ ਦਵਾਇਆ ਜਾਵੇ। ਜਿਹੜੀ ਜਥੇਬੰਦੀ ਲੈ ਕੇ ਗਈ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਵੀ ਨੌਜਵਾਨਾਂ ਦੀ ਸਾਰ ਲਵੇ? ਹਾਂਜੀ, ਉਹਨਾਂ ਦਾ ਫਰਜ਼ ਬਣਦਾ ਸੀ, ਪਰ ਹੁਣ ਕੋਈ ਸਾਡੇ ਨਾਲ ਆਇਆ ਨਹੀਂ ਹਰੀਅਤ ਕਰਨ ਵਾਸਤੇ। ਉਹਨਾਂ ਜਥੇਬੰਦੀ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਤੁਸੀਂ ਆਪਣੇ ਵੱਲੋਂ? ਅਸੀਂ ਤਾਂ ਇਹੋ ਕਹਿੰਦੇ ਹਾਂ ਵੀ ਸਾਡੇ ਜਿੰਨੇ ਵੀ ਨੌਜਵਾਨ ਫੜੇ ਉਹਨਾਂ ਨੂੰ ਛੇਤੀ ਰਿਹਾਅ ਕੀਤਾ ਜਾਵੇ, ਆਪਣੇ ਘਰ ਹੀ ਆਉਣ। ਉਹ ਬਾਹਰ ਵੀ ਜਾਣਾ ਚਾਹੁੰਦੇ ਸੀ? ਹਾਂਜੀ, ਉਹ ਬਾਹਰ ਦਾ ਉਹਨਾਂ ਨੂੰ ਸ਼ੌਕ ਸੀ, ਫਾਈਲ ਵਗੈਰਾ ਲਗਾਈ ਸੀ ਉਹਨਾਂ ਦੀ, ਲਾਉਂਦੇ ਫਿਰਦੇ ਸੀ ਜੀ। ਇਹੋ ਕਹਿਣਾ ਚਾਹਾਂਗੇ ਜੀ, ਬਹੁਤ ਜ਼ਿਆਦਾ ਸਰਕਾਰ ਧੱਕਾ ਕਰ ਰਹੀ ਹੈ ਬੇਵਜ੍ਹਾ ਲੋਕਾਂ ਨੂੰ। ਇੱਕ ਸਿਰਫ ਫੋਟੋ ਦੇ ਆਧਾਰ ਤੇ ਮਤਲਬ ਗ੍ਰਿਫਤਾਰ ਕੀਤਾ ਜਾ ਰਿਹਾ ਵਾ, ਉਹਨਾਂ ਦੇ ਪਰਚੇ ਪਾਏ ਜਾ ਰਹੇ ਆ, ਉਹਨਾਂ ਨੂੰ ਡਰਾਇਆ ਜਾ ਰਿਹਾ ਵਾ, ਇਹ ਬਿਲਕੁਲ ਗਲਤ ਆ। ਕੀ ਮੰਗ ਕਰਦੇ ਹੋ? ਮੈਂ ਤਾਂ ਇਹੋ ਮੰਗ ਕਰਦਾ ਜੀ, ਮਤਲਬ ਜੋ ਵੀ ਉਹਨਾਂ ਨੇ ਨਜਾਇਜ਼ ਲੋਕਾਂ ਦੇ ਪਰਚੇ ਪਾਏ, ਜੋ ਹੋਰ ਵੀ ਨੌਜਵਾਨ ਬੇਵਜ੍ਹਾ ਜੇਲ੍ਹਾਂ 'ਚ ਸੁੱਟੇ ਆ, ਜਿਹਨਾਂ ਨੂੰ ਪਰਚੇ ਦੇ ਵਿੱਚ ਆਪਦੀ ਮਤਲਬ ਕਸਟਡੀ ਲਿਆ, ਤਾਂ ਉਹਨਾਂ ਨੂੰ ਜਲਦੀ ਜਲਦੀ ਰਿਹਾਅ ਕੀਤਾ ਜਾਣਾ ਚਾਹੀਦਾ, ਬੇਵਜ੍ਹਾ ਉਹਨਾਂ ਦੇ ਕੈਰੀਅਰ ਖਰਾਬ ਨਹੀਂ ਕੀਤੇ ਜਾਣਾ ਚਾਹੀਦੇ। ਹੁਣ ਤੱਕ 2 ਨੌਜਵਾਨਾਂ ਨੂੰ ਤੁਹਾਡੇ ਪਿੰਡ 'ਚੋਂ ਗ੍ਰਿਫਤਾਰ ਕੀਤਾ ਗਿਆ, ਦੋਵੇਂ ਹੀ ਪਰਿਵਾਰਾਂ ਦਾ ਆਰੋਪ ਆ ਵੀ ਜਿਹੜੀਆਂ ਜਥੇਬੰਦੀਆਂ ਨਾਲ ਲੈ ਕੇ ਗਈਆਂ ਉਹਨਾਂ ਨੇ ਕਦੀ ਸਾਰ ਨਹੀਂ ਲਈ, ਕੋਈ ਜਥੇਬੰਦੀਆਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਤੁਸੀਂ? ਜਥੇਬੰਦੀਆਂ ਨੇ ਉਹ ਸੁਨੇਹਾ ਜੀ, ਜੇ ਵੇਖਿਆ ਜਾਵੇ ਜਥੇਬੰਦੀਆਂ ਵੀ ਜੇ ਨਹੱਥੀਆਂ ਹੀ ਇਸ ਟਾਈਮ ਸਾਰਾ ਕੁਛ ਉੱਥੇ ਸੁਣਾਈ ਤਾਂ ਕਿਸੇ ਦੀ ਵੀ ਨਹੀਂ ਹੋ ਰਹੀ ਜੀ। ਕੋਈ ਮੰਗ ਕਰਦੇ ਹੋ ਸੈਂਟਰ ਸਰਕਾਰ ਤੋਂ, ਦਿੱਲੀ ਪੁਲਿਸ ਤੋਂ, ਮੰਗ ਕੀ ਕਰਦੇ ਜੀ? ਮੈਂ ਤਾਂ ਸੈਂਟਰ ਸਰਕਾਰ ਤੋਂ ਇਹੋ ਮੰਗ ਕਰਦਾ ਵੀ ਜਿਹੜੇ ਲਾਲ ਕਿਲੇ ਦੀ ਗੱਲ ਵਾਰ ਵਾਰ ਕੀਤੀ ਜਾ ਰਹੀ ਆ, ਤਿਰੰਗੇ ਝੰਡੇ ਦੀ ਗੱਲ ਵਾਰ ਵਾਰ ਕੀਤੀ ਜਾਂਦੀ ਹੈ, ਇੱਕ ਪੰਜਾਬੀ ਬੰਦਾ ਤਿਰੰਗੇ ਝੰਡੇ ਦਾ ਅਪਮਾਨ ਕਰ ਕਿਤਰਾ ਸਕਦਾ? ਇਤਿਹਾਸ ਖੋਲ ਕੇ ਵੇਖਿਆ ਜਾਵੇ ਸਭ ਤੋਂ ਵੱਧ ਉਹ ਤਿਰੰਗੇ ਵਾਸਤੇ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ, ਕਿੰਨੀ ਵਾਰ ਉਹਨਾਂ ਨੇ ਇਹ ਲਾਲ ਕਿਲੇ ਨੂੰ ਆਜ਼ਾਦ ਕਰਵਾਇਆ, ਤੇ ਅੱਜ ਉਹ ਲੋਕ ਜਾ ਕੇ ਉਹਦੀ ਬੇਅਦਬੀ ਕਿਤਰਾ ਕਰ ਸਕਦੇ ਆ? ਇਹ ਤੇ ਜਾਣ ਬੁੱਝ ਕੇ ਉਹਨਾਂ ਤੇ ਥੋਪਿਆ ਜਾ ਰਿਹਾ ਜੀ। ਸ਼ਾਇਦ ਮੇਰੇ ਹਿਸਾਬ ਨਾਲ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਇੱਕ ਪੰਜਾਬੀ ਦੇ ਮਨ ਦੇ ਵਿੱਚ ਤਿਰੰਗੇ ਵਾਸਤੇ ਇੱਜ਼ਤ ਆ,
ਤੇ ਲੋਕਾਂ ਨੇ ਕਿੰਨੀਆਂ ਫਾਂਸੀਆਂ ਤੇ ਝੂਟੇ ਲਏ ਆ, ਕੀ ਕੁਛ ਕੀਤਾ ਵਾ, ਕਿੰਨੀਆਂ ਕੁਰਬਾਨੀਆਂ ਕੀਤੀਆਂ, ਘਰ ਉਜੜੇ ਆ, ਕਿੰਨੇ ਸੰਤਾਪ ਵੰਡਾਏ ਇਹਨਾਂ ਪੰਜਾਬੀਆਂ ਨੇ, ਤੇ ਅੱਜ ਉਹਨਾਂ ਤੇ ਹੀ ਉਸੇ ਚੀਜ਼ ਦਾ ਹੀ ਧੱਬਾ ਲਾਇਆ ਜਾ ਰਿਹਾ ਜੋ ਕਿ ਬਿਲਕੁਲ ਸਰਾਸਰ ਨਜਾਇਜ਼ ਆ। ਜ਼ਿਕਰਯੋਗ ਹੈ ਕਿ ਇਸ ਨੌਜਵਾਨ ਦੇ ਸਿਰ ਦੇ ਉੱਤੇ ਵੀ 50,000 ਰੁਪਏ ਦਾ ਇਨਾਮ ਦਿੱਲੀ ਪੁਲਿਸ ਵੱਲੋਂ ਰੱਖਿਆ ਗਿਆ। ਇਸ ਤੋਂ ਪਹਿਲਾਂ ਵੀ ਹਿੰਸਾ ਮਾਮਲੇ ਦੇ ਵਿੱਚ ਕਈ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਹੁਣ ਵੇਖਣਾ ਹੋਏਗਾ ਕਿ ਨੌਜਵਾਨ ਬੂਟਾ ਸਿੰਘ ਨੂੰ ਪੁਲਿਸ ਕਦੋਂ ਰਿਹਾ ਕਰਦੀ ਹੈ। ਤਰਨ ਤਾਰਨ ਤੋਂ ਰਿੰਪਲ ਗੋਲਨ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।